ਸਾਡੀ ਧਰਤੀ ਮਾਂ ਦੇ ਉੱਤੇ ਕਿੰਨਾ ਕੁਝ ਹੋਇਆ, ਕਿੰਨਾ ਕੁਝ ਵਾਪਰਿਆ। ਸਾਡੀ ਲਾਈਫ ਸਟਾਈਲ ਕੁਝ ਐਸੀ ਹੋ ਗਈ ਹੈ ਵੀ ਅਸੀਂ ਭੁੱਲ ਗਏ ਹਾਂ ਵੀ ਸਾਡੀ ਧਰਤੀ ਮਾਂ ਦੇ ਉੱਤੇ ਕਿੱਡਾ ਵੱਡਾ ਕਹਿਰ ਹੋਇਆ, ਉਹਨੇ ਕੀ ਕੁਝ ਝੇਲਿਆ। ਤਾਂ ਇਸ ਕਵਿਤਾ ਦੇ ਰਾਹੀਂ ਤੁਹਾਨੂੰ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਕਵਿਤਾ ਕੀ ਕਹਿੰਦੀ ਹੈ, ਮੈਂ ਹਾਂ ਤੁਹਾਡੀ ਮਾਂ ਵੇ ਬੱਚਿਓ, ਮੈਂ ਹਾਂ ਤੁਹਾਡੀ ਮਾਂ ਵੇ ਬੱਚਿਓ, ਜਿਹਨੂੰ ਕਹਿੰਦੇ ਤੁਸੀਂ ਆਜ਼ਾਦੀ। ਕੀ ਮੈਂ ਖੱਟਿਆ ਕੀ ਮੈਂ ਪਾਇਆ, ਕੀ ਆਜ਼ਾਦੀ ਤੇ ਕੀ ਆਬਾਦੀ। ਕੀ ਮੈਂ ਖੱਟਿਆ ਕੀ ਮੈਂ ਪਾਇਆ, ਕੀ ਆਜ਼ਾਦੀ ਤੇ ਕੀ ਆਬਾਦੀ। ਅੱਜ ਸਭ ਨੂੰ ਮੈਂ ਸਮਝਾਵਾਂ, ਅੱਜ ਸਭ ਨੂੰ ਮੈਂ ਸਮਝਾਵਾਂ। ਜਦੋਂ ਮੇਰਾ ਜਨਮ ਸੀ ਹੋਇਆ, ਮੇਰੇ ਹੱਥ ਵਿੱਚ ਸੀ ਸੋਨਾ ਚਾਂਦੀ, ਝਰਨੇ ਨਦੀਆਂ ਹਰੇ ਭਰੇ ਸੀ, ਮੈਂ ਸੀ ਪੱਬਾ ਭਰਨੀ। ਹੋਈ ਜਦੋਂ ਮੈਂ ਜਵਾਨ ਅੱਖ ਬੈਰੀ ਨੇ ਸੀ ਧਰਲੀ, ਆਇਆ ਚੜ੍ਹ ਕੇ ਗੋਰਾ ਕਰਨੇ ਨੂੰ ਮਨ ਮਰਜ਼ੀ। ਪਰ ਮੇਰੇ ਭਗਤ ਸਿੰਘ, ਸੁਖਦੇਵ, ਰਾਜਗੁਰੂ, ਗੁਰੂ ਸੰਤਾਂ ਨੇ ਅੱਜ ਮੇਰੀ ਕੀਮਤ ਮੌਤ ਨਾਲ ਸੀ ਭਰਨੀ। ਮੌਤ ਸਿਰ ਤੇ ਧਰ ਕੇ ਮੇਰੀ ਚੁੰਨੀ ਰੰਗਲੀ ਕਰਤੀ, ਹੋ ਗਿਆ ਮੇਰਾ ਨਫ਼ਰਤ ਨਾਲ ਨਾਤਾ। ਮੈਂ ਦੰਗਿਆਂ ਨਾਲ ਗਈ ਵਿਆਹੀ, ਭਾਰਤ ਪਾਕਿਸਤਾਨ ਮੇਰੇ ਬਣ ਗਏ ਪੇਕੇ ਸਹੁਰੇ। ਦਹਿਸ਼ਤ ਖੂਨ ਲਾਸ਼ਾਂ ਦੇਖ ਅੱਖ ਮੇਰੀ ਹੰਝੂ ਭਰਦੀ, ਅਗਲੇ ਪਾਰਟ ਦੇ ਵਿੱਚ ਫਰੈਂਡ ਉਸਕੇ ਆਗੇ ਕਾ ਮੈਂ ਆਪਕੋ ਬਤਾਊਂਗਾ।